ਹਾਂ ਤਾਂ ਪਿਆਰੇ ਬੱਚੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ 5 ਨੰਬਰ ਅਭਿਆਸ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚ ਹੁਣ ਆਪਾਂ 5.1 ਅਭਿਆਸ ਦੇ ਉੱਤੇ ਆ ਗਏ ਬੇਟਾ। ਤਾਂ ਧਿਆਨ ਦੇ ਨਾਲ ਦੇਖੋ, ਆਪਾਂ ਪਹਿਲਾ ਸਵਾਲ ਕਰ ਆਏ ਹੋਏ ਹਾਂ ਇਹਦੇ ਨਾਲ ਰਲਦੇ ਮਿਲਦੇ। ਕਹਿੰਦਾ ਹੇਠਾਂ ਦਿੱਤੇ ਰੁਪਈਆਂ ਨੂੰ ਪੈਸਿਆਂ ਵਿੱਚ ਬਦਲੋ। ਤਾਂ ਬੇਟਾ ਤੁਹਾਨੂੰ ਪਤਾ 1 ਰੁਪਈਏ ਦੇ ਵਿੱਚ 100 ਪੈਸੇ ਹੁੰਦੇ ਆ, ਤਾਂ 15 ਰੁਪਏ ਨੂੰ ਜਦੋਂ ਪੈਸਿਆਂ 'ਚ ਬਦਲਣਾ, ਅਸੀਂ ਗੁਣਾ 100 ਕਰ ਦਾਂਗੇ, ਇਹ ਆਜੂਗਾ 1500, 1500 ਪੈਸੇ। ਠੀਕ ਆ, ਇਹ ਪੈਸਿਆਂ ਦੇ ਵਿੱਚ ਉੱਤਰ ਆ ਗਿਆ। ਇੱਥੇ ਨਾਲ ਮੈਂ ਪੀ ਪਾ ਦਿੰਦਾ ਪੈਸੇ। ਠੀਕ ਆ, ਅੱਗੇ ਆ ਗਿਆ ਬੇਟਾ 8.13 ਰੁਪਈਏ। ਇਹਦਾ ਮਤਲਬ 8 ਰੁਪਈਏ 13 ਪੈਸੇ ਆ, ਅਸੀਂ ਇਹਨੂੰ ਜਦੋਂ ਪੈਸਿਆਂ 'ਚ ਬਦਲਾਂਗੇ ਗੁਣਾ 100 ਕਰ ਦਾਂਗੇ। ਜਦੋਂ 100 ਕਰ ਦਾਂਗੇ, ਡੈਸੀਮਲ 2 ਹੱਥ ਇੱਧਰ ਨੂੰ ਚੱਲ ਜੂਗਾ ਬੇਟਾ, ਆਪਾਂ ਗੁਣਾ ਕੀਤੀ ਹੋਈ ਸੀਗੀ ਪਹਿਲਾਂ। ਜਦੋਂ 100 ਨਾਲ ਗੁਣਾ ਕਰਦੇ ਹਾਂ, ਇੱਕ ਇਹਨਾਂ ਜਿੰਨੀਆਂ ਬਿੰਦੀਆਂ ਹੁੰਦੀਆਂ, ਡੈਸੀਮਲ ਉਨੇ ਹੱਥ ਸੱਜੇ ਹੱਥ ਚਲਾ ਜਾਂਦਾ। ਤਾਂ ਇਹ ਬਣ ਗਏ ਬੇਟਾ 813 ਪੈਸੇ। ਗੱਲ ਸਮਝ ਲੱਗ ਗਈ ਬੇਟਾ, ਡੈਸੀਮਲ ਇੱਥੇ ਆ ਗਿਆ, 2 ਹੱਥ ਐਂ ਨੂੰ ਚਲਾ ਗਿਆ ਕਿਉਂਕਿ 100 ਨਾਲ ਗੁਣਾ ਕਰਦੇ ਪਏ ਹਾਂ। ਫਿਰ ਬੇਟਾ ਅੱਗੇ 12.63 ਰੁਪਈਏ ਹੈ, ਇਹਨੂੰ ਵੀ ਅਸੀਂ 100 ਦੇ ਨਾਲ ਗੁਣਾ ਕਰ ਦਾਂਗੇ। ਜਦੋਂ 100 ਨਾਲ ਗੁਣਾ ਕਰਾਂਗੇ ਤਾਂ ਡੈਸੀਮਲ 2 ਹੱਥ ਐਂ ਨੂੰ ਚੱਲ ਜੂ, 1 ਅਤੇ 2 ਇੱਥੇ ਆ ਜੂ, ਇਹ ਬਣ ਜੂ 1263, 1263 ਪੈਸੇ। ਗੱਲ ਸਮਝ ਲੱਗ ਗਈ ਬੇਟਾ। ਫਿਰ ਬੇਟਾ ਆ ਗਿਆ 13.50 ਰੁਪਈਏ, ਇਹਨੂੰ ਵੀ ਬੇਟਾ ਅਸੀਂ ਜਦੋਂ 100 ਦੇ ਨਾਲ ਗੁਣਾ ਕਰਾਂਗੇ ਪੈਸੇ ਬਣਾਉਣ ਦੇ ਲਈ, ਕਿਉਂਕਿ 1 ਰੁਪਈਏ 'ਚ 100 ਪੈਸੇ ਹੁੰਦੇ ਆ, ਤਾਂ ਡੈਸੀਮਲ 2 ਹੱਥ ਐਂ ਨੂੰ ਚੱਲ ਜੂਗਾ, ਇਹ ਬਣ ਜਾਣਗੇ 1350 ਪੈਸੇ। ਗੱਲ ਸਮਝ ਲੱਗ ਗਈ। ਅੱਗੇ ਬੇਟਾ ਈ ਭਾਗ ਆ ਗਿਆ 98.75 ਰੁਪਈਏ, 98.75 ਰੁਪਈਏ ਆ ਅਸਲ ਦੇ ਵਿੱਚ, ਇਹਨੂੰ ਅਸੀਂ ਜਦੋਂ 100 ਨਾਲ ਗੁਣਾ ਕਰਦੇ ਹਾਂ ਤਾਂ ਡੈਸੀਮਲ 2 ਹੱਥ ਐਂ ਨੂੰ ਚਲਾ ਜਾਂਦਾ, ਇੱਕ ਇਹਨਾਂ ਜਿੰਨੀਆਂ ਬਿੰਦੀਆਂ ਨਾਲ ਗੁਣਾ ਕਰਾਂਗੇ ਡੈਸੀਮਲ ਉਨਾ ਹੀ ਸੱਜੇ ਹੱਥ ਨੂੰ ਚਲਾ ਜਾਂਦਾ ਆ। ਇਹ ਬਣ ਗਏ 9875। ਡੈਸੀਮਲ ਇੱਥੇ ਆ ਗਿਆ ਨਾ, ਜੇ ਕਿਤੇ ਨਹੀਂ ਤਾਂ 2 ਹੱਥ ਐਂ ਨੂੰ ਚਲਾ ਗਿਆ। ਠੀਕ ਹੈ, ਤਾਂ 9875 ਪੈਸੇ, ਅਸੀਂ ਪੈਸੇ ਨੂੰ ਪੀ ਨਾਲ ਲਿਖ ਦਿੱਤਾ। ਠੀਕ ਹੈ, ਤੁਹਾਡੇ ਉੱਥੇ ਤੁਹਾਡੇ ਕੋਲ ਪੰਜਾਬੀ 'ਚ ਪੈਸੇ ਲਿਖੇ ਹੋ ਸਕਦੇ, ਇੱਕੋ ਹੀ ਗੱਲ ਹੈਗੀ ਹੈ। ਅੱਗੇ ਆ ਗਏ ਬੇਟਾ ਸਵਾਲ ਨੰਬਰ 2, ਕਹਿੰਦਾ ਹੇਠ ਲਿਖੇ ਪੈਸਿਆਂ ਨੂੰ ਰੁਪਈਆਂ ਵਿੱਚ ਬਦਲੋ। ਤਾਂ ਜਦੋਂ ਪਹਿਲਾਂ ਬੇਟਾ ਅਸੀਂ 100 ਨਾਲ ਗੁਣਾ ਕੀਤੀ ਸੀ, ਹੁਣ ਅਸੀਂ 100 ਨਾਲ ਭਾਗ ਕਰ ਦਿੰਦੇ ਹਾਂ। ਜਦੋਂ 100 ਨਾਲ ਭਾਗ ਕਰਾਂਗੇ ਤਾਂ ਆਹ 2 ਜ਼ੀਰੋਆਂ ਨਾਲ 2 ਜ਼ੀਰੋਆਂ ਕੱਟੀਆਂ ਜਾਣਗੀਆਂ, ਤਾਂ ਇਹ ਆ ਗਏ 7 ਰੁਪਏ। ਠੀਕ ਹੈ ਬੇਟਾ, ਅੱਗੇ 925 ਪੈਸੇ ਆ। ਜਦੋਂ ਇਹਨੂੰ ਬੇਟਾ 100 ਦੇ ਨਾਲ ਭਾਗ ਕਰ ਦੇਵਾਂਗੇ, ਆਪਾਂ ਪਹਿਲੇ ਸਵਾਲਾਂ 'ਚ ਕੀਤਾ ਜੇ ਕਿਤੇ ਦਸ਼ਮਲਵ ਨਹੀਂ ਤਾਂ ਅਸੀਂ ਇੱਥੇ ਗਿਣਦੇ, ਜਦੋਂ 100 ਨਾਲ ਭਾਗ ਕਰਦੇ ਹਾਂ ਤਾਂ ਦਸ਼ਮਲਵ 2 ਹੱਥ ਐਂ ਨੂੰ ਚੱਲ ਜੂ, ਇੱਕ ਇਹਨਾਂ ਜਿੰਨੀਆਂ ਬਿੰਦੀਆਂ ਉਨੇ ਹੱਥ ਇੱਧਰ ਨੂੰ ਚੱਲ ਜਾਂਦਾ, ਜਦੋਂ ਗੁਣਾ ਕਰਦੇ ਹਾਂ ਤਾਂ ਉਨੇ ਹੀ ਹੱਥ ਦਸ਼ਮਲਵ ਅੱਗੇ ਨੂੰ ਚੱਲ ਜਾਂਦਾ। ਤਾਂ ਇਹ ਬਣ ਗਏ 9.25 ਰੁਪਏ। ਠੀਕ ਹੈ ਬੇਟਾ, 9.25 ਰੁਪਏ ਬਣ ਗਿਆ। ਤਾਂ 1972 ਪੈਸੇ ਹੈ, ਇਹਨੂੰ ਵੀ ਅਸੀਂ ਬਟਾ 100 ਕਰ ਦੇਵਾਂਗੇ ਰੁਪਈਏ ਬਣਾਉਣ ਦੇ ਲਈ, ਕਿਉਂਕਿ 1 ਰੁਪਈਏ ਦੇ ਵਿੱਚ 100 ਪੈਸੇ ਹੁੰਦੇ ਆ। ਤਾਂ ਇਹ ਦਸ਼ਮਲਵ 2 ਹੱਥ ਇੱਧਰ ਨੂੰ ਆ ਜਾਣਾ, ਇੱਕ ਇਹਨਾਂ ਦੋ ਬਿੰਦੀਆਂ, ਇਹ ਬਣ ਗਏ 19.72 ਰੁਪਏ। ਠੀਕ ਹੈ ਬੇਟਾ, ਅੱਗੇ ਬੇਟਾ ਆ 2816 ਪੈਸੇ ਆ, ਇਹਦਾ ਬਟਾ ਅਸੀਂ ਜਦੋਂ 100 ਕਰਾਂਗੇ
ਤਾਂ ਡੈਸੀਮਲ ਦੋ ਹੱਥ ਐ ਨੂੰ ਚਲਾ ਜਾਊਗਾ ਇੱਧਰੋਂ, ਠੀਕ ਹੈ। ਜੇ ਕਿਤੇ ਡੈਸੀਮਲ ਨਾ ਹੋਵੇ ਅਸੀਂ ਲਾਸਟ 'ਤੇ ਮੰਨਦੇ ਹਾਂ, ਠੀਕ ਹੈ, ਲਾਸਟ 'ਤੇ ਹੁੰਦਾ ਆ, ਤਾਂ ਦੋ ਹੱਥ ਐ ਨੂੰ, ਕਿਉਂਕਿ ਇੱਕ ਇਹਨਾਂ ਦੋ ਬਿੰਦੀਆਂ, ਇਹ ਬਣ ਗਏ 28.1616 ਰੁਪਏ, ਠੀਕ ਹੈ ਬੇਟਾ। ਤਾਂ ਅੱਗੇ ਬੇਟਾ ਈ ਭਾਗ ਆ ਗਿਆ, ਈ ਭਾਗ ਦੇ ਵਿੱਚ ਕੀ ਕਹਿੰਦਾ ਪਿਆ, 3,650 ਪੈਸੇ, ਇਹਨੂੰ ਅਸੀਂ 100 ਦੇ ਨਾਲ ਭਾਗ ਕਰ ਦਿੰਦੇ ਹਾਂ, ਤਾਂ ਬੇਟਾ ਇਹ ਬਣ ਗਏ, ਦੋ ਹੱਥ ਐ ਨੂੰ ਡੈਸੀਮਲ ਆ ਜਾਣਾ, 1 ਅਤੇ 2 ਇਹ ਬਣ ਗਏ 36.50 ਰੁਪਏ, ਅਸਲ ਦੇ ਵਿੱਚ 36.50 ਰੁਪਏ ਬਣ ਗਏ, ਠੀਕ ਹੈ ਬੇਟਾ। ਇਹ ਸੀਗਾ ਇਹਦਾ ਸਵਾਲ ਨੰਬਰ 2। ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।